ਗੁਰੂ ਪਿਆਰੀ ਸਾਧ ਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹਰ ਰੋਜ਼ ਦੀ ਤਰ੍ਹਾਂ ਜੋ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਬਾਰਾਂ ਮਾਹ ਜਿਹਦੀ ਵਿਚਾਰ ਚੱਲ ਰਹੀ, ਕੱਲ੍ਹ ਚੇਤ ਮਹੀਨੇ ਦੀਆਂ ਵਿਚਾਰਾਂ ਆਪਾਂ ਸਾਂਝੀਆਂ ਕੀਤੀਆਂ ਸੀ, ਜੋ ਸਤਿਗੁਰਾਂ ਨੇ ਪਾਵਨ ਬਾਣੀ ਦੇ ਵਿੱਚ ਸਾਨੂੰ ਸ਼ਬਦ ਬਖਸ਼ਿਸ਼ ਕੀਤਾ। ਅਤੇ ਅੱਜ ਵਿਸਾਖ ਮਹੀਨੇ ਦੀ ਆਪਾਂ ਸਾਂਝ ਪਾਉਣੀ, ਸਾਨੂੰ ਕੀ ਹੁਕਮ ਕੀਤਾ ਆ, ਕੀ ਕਰਨ ਨੂੰ ਕਿਹਾ। ਧਿਆਨ ਦੇ ਨਾਲ ਪਿਆਰੇ ਵਾਹ ਸਰਵਣ ਕਰੀਏ। ਜਦੋਂ ਸੰਗਰਾਂਦ ਵਾਲਾ ਦਿਨ ਆਉਂਦਾ, ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੇ ਹਾਂ, ਅਤੇ ਜਿਹੜੇ ਵੀ ਮਹੀਨੇ ਦੀ ਆਰੰਭਤਾ ਹੋਈ ਹੁੰਦੀ ਆ, ਕੋਸ਼ਿਸ਼ ਹੁੰਦੀ ਹਰ ਇੱਕ ਦੀ ਕਿ ਉਸ ਮਹੀਨੇ ਦੁਆਰਾ ਜੋ ਸਤਿਗੁਰੂ ਕਹਿ ਰਹੇ ਉਹਨੂੰ ਧਿਆਨ ਨਾਲ ਸੁਣੀਏ। ਸੰਗਰਾਂਦ ਵਾਲੇ ਦਿਨ ਗੁਰੂ ਦੇ ਪਿਆਰੇ ਬੈਠ ਕੇ ਬਾਰਾਂ ਮਾਹਾਂ ਦਾ ਜਾਪ ਕਰਦੇ ਆ, ਹਰ ਰੋਜ਼ ਵੀ ਕੀਤਾ ਜਾਵੇ ਕੋਈ ਗੱਲ ਨਹੀਂ ਐਸੀ। ਸੰਗਰਾਂਦ ਵਾਲੇ ਦਿਨ ਇਸ ਕਰਕੇ ਕੀਤਾ ਜਾਂਦਾ ਕਿ ਸਾਨੂੰ ਸਮਝ ਆ ਜਾਵੇ ਕਿ ਸਤਿਗੁਰੂ ਇਕੱਲੇ ਇਕੱਲੇ ਮਹੀਨੇ ਦੁਆਰਾ ਸਾਨੂੰ ਸਮਝਾ ਕੇ ਗਏ ਆ, ਸਾਨੂੰ ਕਹਿਣਾ ਕੀ ਚਾਹੁੰਦੇ ਸਤਿਗੁਰੂ। ਸੰਸਕ੍ਰਿਤ ਦੇ ਵਿੱਚ ਸੰਗਰਾਂਦ ਨੂੰ ਸੂਰੀਆ ਕ੍ਰਾਂਤੀ ਕਿਹਾ ਜਾਂਦਾ, ਸੂਰਜ ਵਿੱਚ ਪਰਿਵਰਤਨ ਆਉਣਾ, ਸੂਰੀਆ ਕ੍ਰਾਂਤੀ। ਹਿੰਦੀ ਵਿੱਚ ਸੰਕ੍ਰਾਂਤੀ, ਆਪਣੇ ਪੰਜਾਬੀ ਵਿੱਚ ਗੁਰਮੁਖੀ ਵਿੱਚ ਸੰਗਰਾਂਦ ਕਹਿੰਦੇ। ਜਿਸ ਦਿਨ ਸੂਰਜ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਦੂਸਰੀ 'ਚ ਪ੍ਰਵੇਸ਼ ਕਰਦਾ, ਉਸ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ, ਸੰਕ੍ਰਾਂਤੀ ਕਿਹਾ ਜਾਂਦਾ, ਸੂਰੀਆ ਕ੍ਰਾਂਤੀ ਕਿਹਾ ਜਾਂਦਾ। ਆਪਣੀ ਲੜੀਵਾਰ ਜੋ ਵਿਚਾਰ ਚੱਲ ਰਹੀ ਆ ਇਸ ਪਾਵਨ ਬਾਣੀ ਦੀ, ਉਹਦੇ ਵਿੱਚ ਅੱਜ ਦੂਸਰੇ ਮਹੀਨੇ ਦੀ ਆਪਾਂ ਸਾਂਝ ਪਾਉਣੀ ਵਿਸਾਖ ਦੀ। ਅਤੇ ਗੁਰੂ ਅਰਜਨ ਦੇ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਸਤਿਗੁਰੂ ਜੀ, ਵਿਸਾਖ ਧੀੜ ਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਛੋਹ ਹੋ। ਦੇਖੋ, ਇਹ ਦੁੱਖ ਦੇ ਵਿੱਚ ਦੋ ਵਿਛੋੜਿਆਂ ਦੀ ਗੱਲ ਕੀਤੀ ਹੈ, ਦੋ ਵਾਰੀ ਵਿਛੋੜਾ ਆਇਆ ਲਫ਼ਜ਼। ਵਾਢੀਆਂ ਦਾ ਅਰਥ ਵੀ ਵਿਛੋੜਾ ਅਤੇ ਵਿਛੋਹ ਦਾ ਅਰਥ ਵੀ ਵਿਛੋੜਾ। ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਵਿਸਾਖ ਮਹੀਨੇ ਦੁਆਰਾ ਪਿਆਰਿਓ ਇਹ ਉਪਦੇਸ਼ ਆ ਕਿ ਧੀੜ ਨ ਕਿਉਂ ਵਾਢੀਆਂ, ਕਿਉਂ ਦਾ ਅਰਥ ਕਿਸ ਤਰ੍ਹਾਂ, ਜਿਹੜੇ ਵਿਛੜੇ ਹੋਏ ਆ ਉਹਨਾਂ ਦੇ ਅੰਦਰ ਨੂੰ ਧੀਰਜ ਕਿੱਦਾਂ ਆਓ। ਆਪਾਂ ਕਹਿਣਾ ਜੀ ਕਿ ਇਹਨਾਂ ਤੋਂ ਵਿਛੜੇ ਹੋਏ ਆ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਪ੍ਰੇਮ ਵਿਛੋਹ ਹੋ, ਜਿਨ੍ਹਾਂ ਨੂੰ ਉਸ ਅਕਾਲ ਪੁਰਖ ਦੇ ਨਾਲ ਹਜੇ ਪ੍ਰੇਮ ਹੀ ਨਹੀਂ ਪਿਆ, ਸਤਿਗੁਰਾਂ ਦੇ ਨਾਲ ਹਜੇ ਪ੍ਰੇਮ ਹੀ ਨਹੀਂ ਜਿਨ੍ਹਾਂ ਦਾ ਜਾਗਿਆ, ਪ੍ਰੇਮ ਦਾ ਵਿਛੋੜਾ ਜਿਨ੍ਹਾਂ ਅੰਦਰ ਆ, ਜਿੰਨਾ ਚਿਰ ਸਾਡੇ ਅੰਦਰ ਤੜਫ ਨਹੀਂ ਜਾਗੀ, ਉਹਨਾਂ ਸਮਾਂ ਇਹੀ ਕਹਿ ਸਕਦੇ ਸਤਿਗੁਰਾਂ ਨਾਲੋਂ ਹਜੇ ਵਿਛੋੜਾ ਸਾਡਾ, ਅਕਾਲ ਪੁਰਖ ਨਾਲੋਂ ਵਿਛੋੜਾ। ਜਿਨ੍ਹਾਂ ਦਾ ਪ੍ਰੇਮ ਦਾ ਵਿਛੋੜਾ ਪੈ ਗਿਆ ਸਤਿਗੁਰਾਂ ਨਾਲ, ਉਹਨੂੰ ਕਿੱਦਾਂ ਧੀਰਜ ਆਊ, ਸਬਰ ਕਿੱਦਾਂ ਆਊ, ਅੰਦਰ ਟਿਕੂ ਕਿੱਦਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਅਰਦਾਸ ਕਰੀਏ, ਬੇਨਤੀ ਕਰੀਏ, ਸਤਿਗੁਰੂ ਜੀ ਵਿਛੋੜਾ ਪੈਂਦਾ ਕਿੱਦਾਂ, ਰੱਬ ਵਿਸਰ ਕਿੱਦਾਂ ਜਾਂਦਾ। ਸਤਿਗੁਰੂ ਜੀ ਕਹਿੰਦੇ ਹਰ ਸਾਜਨ ਪੁਰਖ ਵਿਸਾਰ ਕਹਿ ਲੱਗੀ ਮਾਇਆ ਧੋਹ। ਧੋਹ ਦਾ ਅਰਥ ਜਿਹੜੀ ਛਲਣ ਵਾਲੀ ਮਾਇਆ, ਸਾਰਾ ਸੰਸਾਰ ਹੀ ਮਾਇਆ, ਇਹਦੇ ਮਗਰ ਲੱਗ ਗਏ ਤੇ ਅਕਾਲ ਪੁਰਖ ਹਰੀ ਨੂੰ ਵਿਸਾਰ ਦਿੱਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰੀ ਸੱਜਣ ਨੂੰ ਵਿਸਾਰ ਕੇ, ਜਿਹੜਾ ਪੱਕਾ ਸੱਜਣ ਸੀ, ਇੱਥੇ ਵੀ ਸਾਥ ਨਿਭਾਉਣ ਵਾਲਾ ਤੇ ਅੱਗੇ ਵੀ ਨਿਭਾਉਣ ਵਾਲਾ, ਉਹਨੂੰ ਵਿਸਾਰ ਦਿੱਤਾ ਤੇ ਛਲਣ ਵਾਲੀ ਮਾਇਆ ਦੇ ਮਗਰ ਲੱਗ ਗਏ, ਦੌੜੇ ਫਿਰਦੇ ਉਹਦੇ ਮਗਰ, ਉਹ ਆਪਣੇ ਮਗਰ ਲੱਗ ਗਈ। ਸਤਿਗੁਰੂ ਜੀ ਇਹ ਸੋਝੀ ਬਖਸ਼ੋ ਕਿ ਉਹਦੇ ਮਗਰ ਕਿੱਦਾਂ ਲੱਗ ਗਏ, ਰੱਬ ਵਿਸਰ ਕਿੱਦਾਂ ਗਿਆ। ਸਤਿਗੁਰੂ ਕਹਿੰਦੇ ਸੰਸਾਰ ਵੀ ਮਾਇਆ, ਸੰਸਾਰ ਦੇ ਨਾਲੇ ਪਰਿਵਾਰ ਵੀ ਮਾਇਆ। ਜਦੋਂ ਇਹਨਾਂ ਦੀ ਮੋਹ ਫਾਈ ਦੇ ਵਿੱਚ ਖੁੱਭੀ ਦਾ ਆ, ਉਦੋਂ ਰੱਬ ਵਿਸਰ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦਾ ਰੱਬ ਦੇ ਪਿਆਰੇ ਸਮਝਾਉਂਦੇ ਤਰੀਕੇ ਹਨ ਸਮਝਾਉਣ ਦੇ, ਕਹਿੰਦੇ ਜਦੋਂ ਬੱਚੇ ਦਾ ਜਨਮ ਹੈ ਇੱਦਾਂ ਮੁੱਠਾਂ ਬੰਦ ਹੁੰਦੀਆਂ,
ਉਹਦੀਆਂ ਤੁਸੀਂ ਬੱਚੇ ਦੀਆਂ ਮੁੱਠਾਂ ਖੋਲਣੀਆਂ ਚਾਹੋ ਉਹਨੇ ਫਿਰ ਬੰਦ ਕਰ ਲੈਣੀਆਂ। ਇੱਕ ਆਪਾਂ ਸਿਰਫ ਸੋਝੀ ਲੈਣੀ ਇਸ ਗੱਲ ਤੋਂ, ਮੁੱਠਾਂ ਕਿਉਂ ਬੰਨਦੇ ਆ, ਸਭ ਕੁਛ ਕੋਲ ਹੀ ਆ, ਦੇ ਕੇ ਭੇਜਿਆ ਰੱਬ ਨੂੰ। ਜਿੱਦਾਂ ਜਿੱਦਾਂ ਪਤਾ ਲੱਗਦਾ ਆ ਆਹ ਮੇਰੀ ਮਾਂ ਆ, ਆਹ ਮੇਰਾ ਪਿਤਾ ਆ, ਆਹ ਮੇਰਾ ਭਰਾ ਆ, ਆਹ ਮੇਰੀ ਭਰਜਾਈ ਆ, ਆਹ ਮੇਰੇ ਆਂਢੀ ਗੁਆਂਢੀ ਆ, ਅਤੇ ਉੱਧਰ ਮਨ ਚੱਲਿਆ ਜਾਂਦਾ, ਮੁੱਠਾਂ ਖੁੱਲ੍ਹ ਜਾਂਦੀਆਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਖੁੱਲ੍ਹ ਜਾਣੀਆਂ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ। ਜਿੱਦਾਂ ਜਿੱਦਾਂ ਇੱਧਰਲੀ ਸੋਝੀ ਆਈ ਜਾਂਦੀ ਸੰਸਾਰ ਦੀ, ਨਿਰੰਕਾਰ ਵਿਸਰੀ ਜਾਂਦਾ, ਇੱਧਰ ਮੋਹ ਵਿੱਚ ਫਸੀ ਜਾਂਦੇ, ਰੱਬ ਭੁੱਲੀ ਜਾਂਦਾ। ਸਤਿਗੁਰੂ ਜੀ ਕਹਿੰਦੇ ਪੰਕਜ ਮੋਹ ਪੱਗ ਨਹੀਂ ਚੱਲੇ ਪਿਆਰਿਆ, ਇਹ ਮੋਹ ਦੀ ਦਲਦਲ ਵਿੱਚ, ਚਿੱਕੜ ਦੇ ਵਿੱਚ ਜਦੋਂ ਪੈਰ ਤੇਰਾ ਟਿਕ ਗਿਆ ਤੇ ਰੱਬ ਵੱਲੋਂ ਤੁਰਨਾ ਹੀ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਮਗਰ ਲੱਗ ਕੇ ਮੋਹ ਦੇ ਵਿੱਚ ਫਸ ਕੇ, ਇਹ ਨਹੀਂ ਕਿ ਪਰਿਵਾਰ ਆ, ਬੱਚੇ ਆ, ਇਹਨਾਂ ਦਾ ਅਸੀਂ ਧਿਆਨ ਨਹੀਂ ਰੱਖਣਾ, ਨਹੀਂ, ਜ਼ਿੰਮੇਵਾਰੀਆਂ ਨਿਭਾਉਣੀਆਂ, ਪਿਆਰ ਕਰਨਾ, ਪਰ ਇੰਨਾ ਮੋਹ ਵਿੱਚ ਖੁੱਭ ਨਾ ਜਾਈ ਕਿ ਤੈਨੂੰ ਰੱਬ ਹੀ ਭੁੱਲ ਜਾਵੇ। ਪਿਆਰਿਆ ਪੁੱਤਰ ਕਲੱਤਰ ਨਾ ਸੰਗ ਧਨਾ, ਕਿਉਂਕਿ ਜਦੋਂ ਅੰਤ ਸਮਾਂ ਆਇਆ ਨਾ ਤੇਰੇ ਪੁੱਤਰਾਂ ਨੇ ਸਾਥ ਦੇਣਾ, ਕਲੱਤਰ ਦਾ ਭਾਵ ਇਸਤਰੀ, ਨਾ ਤੇਰੇ ਘਰ ਵਾਲੀ ਨੇ ਸਾਥ ਦੇਣਾ। ਜੇ ਘਰ ਵਾਲੀ ਵੱਲੋਂ ਗੱਲ ਚੱਲੇ ਤੇ ਫਿਰ ਆਪਾਂ ਇੱਥੇ ਇਹ ਕਹਿ ਸਕਦੇ, ਜੇ ਘਰ ਵਾਲੀ ਨੇ ਸਾਥ ਨਹੀਂ ਦੇਣਾ ਤੇ ਘਰ ਵਾਲੀ ਦਾ ਸਾਥ ਤੇਰੇ ਘਰ ਵਾਲੇ ਨੇ ਵੀ ਨਹੀਂ ਦੇਣਾ, ਉਹਦੇ ਘਰ ਵਾਲੇ ਨੇ ਵੀ ਨਹੀਂ ਸਾਥ ਦੇਣਾ, ਨਾ ਬੱਚਿਆਂ ਨੇ ਸਾਥ ਦੇਣਾ, ਨਾ ਘਰ ਵਾਲੀ ਨੇ ਸਾਥ ਦੇਣਾ ਘਰ ਵਾਲੇ ਦਾ ਉਸ ਸਮੇਂ ਅੰਤ ਸਮੇਂ। ਤੇ ਜੇ ਉਹਦੇ ਘਰ ਵਾਲੀ ਦਾ ਅੰਤ ਸਮਾਂ ਆ ਗਿਆ ਤੇ ਉਦੋਂ ਤੂੰ ਨਹੀਂ ਕੁਛ ਕਰ ਸਕਦਾ। ਨਾ ਸੰਗ ਧਨਾ, ਨਾ ਤੇਰੇ ਧਨ ਨੇ ਤੇਰਾ ਸਾਥ ਦੇਣਾ, ਸਾਥ ਦੇਣ ਵਾਲਾ ਕੌਣ ਆ? ਸਤਿਗੁਰੂ ਜੀ ਕਹਿੰਦੇ ਹਰ ਅਵਿਨਾਸ਼ੀ ਹੋ, ਅਵਿਨਾਸ਼ੀ ਜਿਹਦਾ ਕਦੀ ਨਾਸ਼ ਨਹੀਂ ਹੋ ਸਕਦਾ, ਉਹ ਇੱਕ ਹੀ ਆ, ਆਪਣਾ ਸਾਰਿਆਂ ਦਾ ਨਾਸ਼ ਹੋ ਜਾਣਾ, ਅਵਿਨਾਸ਼ੀ ਇੱਕ ਹੀ ਆ ਪਿਆਰਿਆ, ਉਹ ਆ ਰੱਬ। ਉਹ ਐਸਾ ਅਵਿਨਾਸ਼ੀ ਆ ਹਰੀ, ਉਹੀ ਸਾਰਿਆਂ ਦਾ ਸਾਥ ਦੇਣ ਵਾਲਾ ਜਿਹਨੂੰ ਛੱਡ ਕੇ ਬਹਿ ਗਿਆ ਸੀ, ਤੇ ਸਾਥ ਤੇਰਾ ਦੇਣਾ ਉਹਨਾਂ ਨੇ ਨਹੀਂ ਜਿਹਨਾਂ ਦੇ ਮਗਰ ਲੱਗ ਕੇ ਰੱਬ ਭੁਲਾ ਦਿੱਤਾ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਕਹਿੰਦੇ ਇੱਕ ਦੋ ਨਹੀਂ ਇਹਦੇ ਵਿੱਚ ਖੁੱਭੇ, ਪਲ ਚ ਪਲ ਚ ਸਗਲੀ ਮੂਈ, ਮਨਮੁੱਖਾਂ ਦੀ ਸਾਰੀ ਦੁਨੀਆਂ, ਸਾਰੀ ਸ੍ਰਿਸ਼ਟੀ ਇਹਦੇ ਵਿੱਚ ਪਲ ਚ ਪਲ ਚ ਦਾ ਭਾਵ ਫਸ ਗਈ ਆ, ਫਸ ਫਸ ਕੇ ਮਰ ਗਈ ਆ ਇਹਦੇ ਵਿੱਚ ਦੁਨੀਆਂ। ਝੂਠੇ ਧੰਦੇ ਮੋਹ, ਝੂਠਿਆਂ ਧੰਦਿਆਂ ਵਿੱਚ ਫਸ ਕੇ ਤੇ ਮੋਹ ਦੇ ਵਿੱਚ ਫਸ ਕੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਜੀ ਬਚੀਏ ਕਿੱਦਾਂ? ਤੇ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਇੱਕ ਸਹਰ ਕੇ ਨਾਮ, ਇਹ ਚੇਤਾ ਰੱਖ ਲਿਓ ਪਿਆਰੇ, ਇੱਕ ਹਰੀ ਦਾ ਨਾਮ ਜਪਣ ਤੋਂ ਬਗੈਰ, ਇੱਕ ਰੱਬ ਦੇ ਨਾਮ ਤੋਂ ਬਗੈਰ, ਅੱਗੇ ਲਈਏ ਹੈ ਖੋਹੇ, ਅੱਗੇ ਸਭ ਕੁਛ ਖੋਲਣਾ ਤੇਰਾ, ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੀ ਲੁੱਟ ਹੈ। ਜਿਹੜੇ ਕਰਮ ਧਰਮ ਮੇਰੇ ਪਖੰਡ ਰੂਪ ਆ, ਕਹਿਣਾ ਹੱਦ ਹੋ ਗਈ, ਜਿਹੜੇ ਧਰਮ ਵਾਲੇ ਕਰਮ ਹੁੰਦੇ ਆ ਉਹ ਪਖੰਡ ਵੀ ਹੁੰਦੇ ਆ, ਹੋ ਜਾਂਦੇ ਆ। ਮੇਰੇ ਵਰਗਾ ਬੈਠਾ ਇੱਥੇ, ਪਤਾ ਲੱਗਾ ਸੰਗਤ ਆਉਣ ਲੱਗੀ ਆ, ਲੈ ਵੀ ਬਾਬਿਆਂ ਨੂੰ ਮਿਲਣਾ, ਤੇ ਉੱਦਾਂ ਮੈਂ ਕਦੀ ਮਾਲਾ ਫੜੀ ਨਾ ਹੋਵੇ, ਉਦੋਂ ਚੱਕ ਕੇ ਵਾਹਿਗੁਰੂ 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 ਕਰੀ ਜਾਵਾਂ, ਵੀ ਇਹਨਾਂ ਨੂੰ ਲੱਗੇ ਵੀ ਬਾਬਾ ਨਾਮ ਵਿੱਚ ਜੁੜਿਆ ਹੀ ਰਹੀ। ਇਹ ਮੇਰਾ ਕਰਮ ਜਿਹੜਾ ਧਰਮ ਵਾਲਾ ਸੀ, ਪਰ ਪਖੰਡ ਸੀ ਇਹਦੇ ਵਿੱਚ, ਸੰਗਤ ਨੂੰ ਲੱਗਦਾ ਸੀ ਇਹ ਧਰਮ ਵਾਲਾ ਕਰਮ ਕਰ ਰਹੇ ਆ, ਪਰ ਇਹ ਧਰਮ ਵਾਲੇ ਕਰਮ ਵਿੱਚ ਪਖੰਡ ਛੁਪਿਆ ਹੋਇਆ ਸੀ। ਸੰਗਤ ਤੋਂ ਤੂੰ ਛੁਪਾ ਕੇ ਬਹਿ ਗਿਆ, ਉਹਨਾਂ ਮੁਰੇ ਧਰਮੀ ਬਣ ਗਿਆ। ਪਰ ਪਿਆਰਿਆ ਚੇਤੇ ਰੱਖੀ, ਰੱਬ ਤੋਂ ਨਹੀਂ ਛੁਪ ਸਕਦਾ, ਉਹਨੂੰ ਪਤਾ ਤੂੰ ਪਖੰਡੀ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਦਾਂ ਦੇ ਕੀਤੇ ਹੋਏ ਕਰਮ ਦਿਖਾਵੇ ਵਾਲੇ ਸਾਰੇ ਜਮਾਂ ਨੇ ਲੁੱਟ ਲੈਣੇ, ਕਰਮ ਧਰਮ ਪਾਖੰਡ ਜੋ ਦੀ ਸਹਿਤ ਨੇ ਜਮ ਜਾ ਗਾਤੀ ਲੁੱਟ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿੱਤ ਛੁੱਟਿਆ, ਉਹਦੇ ਅੱਖ ਦੇ ਚਮਕਣ ਜਿੰਨੇ ਸਮੇਂ ਦਾ ਹੀ ਸਿਮਰਨ ਹੋ ਜਾਵੇ ਟਿਕ ਕੇ ਅੰਦਰੋਂ, ਉਹਦੇ ਨਾਲ ਹੀ ਛੁਟਕਾਰਾ ਹੋ ਜਾਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਏਕ ਚਿੱਤ ਜੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ, ਕਾਲ ਦੀ ਫਾਈ ਦੇ ਵਿੱਚ ਉਹ ਫਸ ਨਹੀਂ ਸਕਦਾ ਜਿਹਦਾ ਇੱਕ ਮਨ ਚਿੱਤ ਇੱਕ ਛਿੰਨ ਜਿੰਨਾ ਸਮਾਂ ਵੀ, ਅੱਖ ਦੇ ਝਮਕਣ ਜਿੰਨਾ ਸਮਾਂ ਵੀ ਟਿਕ ਗਿਆ।
ਕਹਿਣਾ ਜੇ ਉਹ ਟਿਕੂਗਾ ਉਦੋਂ ਵਾਹਿਗੁਰੂ ਕਹਿ ਲਵਾਂਗੇ, ਹਰੀ ਕਹਿ ਲਵਾਂਗੇ, ਅੱਲਾ ਕਹਿ ਲਵਾਂਗੇ। ਪਿਆਰਿਆ ਪਹਿਲਾਂ ਜਪਣਾ ਪੈਣਾ ਉਹ ਇਸ ਕਰਕੇ ਕਿ ਉਹ ਵੀ ਛਿਣ ਆ ਜਾਵੇ ਜਿਹਦੇ ਵਿੱਚ ਅੰਦਰ ਟਿਕ ਜਾਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈ ਹੈ ਖੋਹੇ, ਸਭ ਕੁਛ ਖੋਹ ਲੈਣਾ ਪਿਆਰਿਆ, ਜਿਹੜਾ ਨਾਮ ਜਪਿਆ ਉਹ ਹੀ ਰਹਿਣਾ। ਮੈਂ ਕਈ ਵਾਰੀ ਇਹ ਵਿਚਾਰ ਕਰਦਾ ਹੁੰਦਾ, ਮਹਾਂਪੁਰਖ ਦੱਸਦੇ ਹੁੰਦੇ ਸੀ ਪਿਆਰਿਆ ਤੂੰ ਦਸਵੀਂ ਦੀ ਪੜ੍ਹਾਈ ਕੀਤੀ ਆ, ਬਾਰਵੀਂ ਤੱਕ ਪੜ੍ਹਿਆ ਜਾਂ ਕੋਈ ਡਿਗਰੀ ਕੀਤੀ ਆ, ਚਲੋ ਦੂਏ ਪਾਸੇ ਸੋਚ ਲਈਏ ਤੂੰ ਕੁਛ ਸਿੱਖ ਲਿਆ, ਪੜ੍ਹਨਾ ਲਿਖਣਾ ਸਿੱਖ ਲਿਆ, ਤੈਨੂੰ ਹੁਣ ਪਤਾ ਆ ਕਿ ਮੈਂ ਪੜ੍ਹਨਾ ਕਿੱਦਾਂ ਆ ਲਿਖਣਾ ਕਿੱਦਾਂ ਆ। ਉਹ ਤੇਰੇ ਕੋਲੋਂ ਪੜ੍ਹਾਈ ਤੇਰੀ ਕੋਈ ਖੋਲੂਗਾ? ਚੋਰ ਤੈਨੂੰ ਰਾਹ ਵਿੱਚ ਮਿਲ ਜਾਣਗੇ ਤੇਰੀ ਪੜ੍ਹਾਈ ਨੂੰ ਖੋਲ ਸਕਦੇ? ਨਹੀਂ, ਉਹ ਤੇ ਅੰਦਰ ਵੱਸ ਗਏ, ਉਹ ਤੇ ਇੱਥੇ ਹੀ ਟਿਕੀ ਹੋਈ ਪੜ੍ਹਾਈ, ਉਹਨੂੰ ਕੋਈ ਕਿੱਦਾਂ ਖੋ? ਚੋਰ ਉਹਨੂੰ ਖੋਣਗੇ ਉਹਨੂੰ ਚਰਾਉਣਗੇ ਜੋ ਦਿਸਦਾ, ਤੇਰਾ ਮੋਬਾਈਲ ਖੋ ਸਕਦੇ ਆ, ਤੇਰੇ ਕੋਲ ਸੋਨੇ ਦਾ ਗਹਿਣਾ ਪਾਇਆ ਉਹ ਖੋ ਸਕਦੇ, ਕਿਉਂ ਦਿਸਦਾ ਉਹ, ਜੋ ਤੇਰੇ ਅੰਦਰ ਵੱਸ ਗਿਆ ਉਹ ਖੋਇਆ ਨਹੀਂ ਜਾਣਾ, ਕਿਉਂਕਿ ਦਿਸਣਾ ਹੀ ਨਾਮ ਤੇਰੇ ਅੰਦਰ ਵਸਿਆ ਆ, ਜੋ ਦਿਖਾਵੇ ਮਾਤਰ ਕਰਮ ਧਰਮ ਕਰਦਾ ਸੀ ਉਹ ਸਾਰੇ ਖੋਣੇ ਜਮਾਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਈਓ ਵਿਸਾਰ ਵਿਗੁੱਚਣਾ, ਇਹਦੇ ਕਈ ਉਚਾਰਨ ਵੱਖਰੇ ਵੱਖਰੇ ਕਰਦੇ ਆ, ਪਰ ਜੋ ਬਾਬਾ ਦੀਪ ਸਿੰਘ ਮਹਾਂਪੁਰਖਾਂ ਵੱਲੋਂ ਚਲਾਈ ਹੋਈ ਦਮਦਮੀ ਟਕਸਾਲ ਆ ਨਾ ਪਿਆਰਿਓ, ਉਹਦੇ ਵਿੱਚ ਜਿਹੜੇ ਯਈਏ ਆ, ਸ਼ਈਆ ਜਦੋਂ ਆਉਂਦਾ ਜਿਹੜੇ ਅੱਖਰਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਉਹਦੇ ਵੱਖਰੇ ਵੱਖਰੇ ਉਚਾਰਨ ਸਮਝਾਏ ਜਾਂਦੇ, ਉਸ ਤਰੀਕੇ ਦੇ ਨਾਲ ਦਈਓ ਇਹਦਾ ਅਰਥ ਹੁੰਦਾ ਪ੍ਰੇਰਕ ਸਰੂਪ ਪਰਮਾਤਮਾ, ਪ੍ਰੇਰਨਾ ਦੇਣ ਵਾਲਾ ਸਾਰਿਆਂ, ਉਹ ਜਿਹੜਾ ਅਕਾਲ ਪੁਰਖ ਆ ਸਾਨੂੰ ਉਦਮ ਦਿੰਦਾ ਆ, ਪ੍ਰੇਰਨਾ ਦਿੰਦਾ, ਉਹਨੂੰ ਜੇ ਵਿਸਾਰ ਦਿੱਤਾ ਵਿਗੁੱਚਣਾ ਦਾ ਅਰਥ ਤੈਨੂੰ ਪਿਆਰਿਆ ਖਰਾਬ ਹੀ ਹੋਣਾ ਪੈਣਾ, ਤੇਰਾ ਜੀਵਨ ਹੀ ਇੱਥੇ ਆ ਤੇ ਗਿਆ ਸਫਲਾ ਨਹੀਂ ਹੋਣਾ, ਤੇਰਾ ਜੀਵਨ ਖਰਾਬ ਹੀ ਹੋਣਾ ਵਿਅਰਥ, ਕਿਉਂਕਿ ਤੂੰ ਇਹ ਚੇਤਾ ਹੀ ਭੁਲਾਤਾ ਪ੍ਰਭ ਬਿਨ ਅਵਰਨ ਕੋਏ, ਪ੍ਰਭੂ ਤੋਂ ਬਿਨਾਂ ਤੇਰਾ ਹੋਰ ਕੋਈ ਨਹੀਂ, ਇੱਥੇ ਡਿਊਟੀਆਂ ਨਿਭਾਉਣ ਆਇਆ, ਰਾਹ ਦੇ ਵਿੱਚ ਯਾਤਰਾ ਆਪਾਂ ਕਰਨ ਗਏ, ਰਾਹ ਵਿੱਚ ਕੋਈ ਮਿਲ ਗਿਆ, ਕੋਈ ਸਮੇਂ ਲਈ ਮਿਲਿਆ ਸੀ, ਤੇ ਜੇ ਕਹੀਏ ਹੁਣ ਇਹਦੇ ਕੋਲ ਹੀ ਰਹਿ ਲਈਏ ਇੰਨੀ ਗੱਲ ਬਣਨੀ ਪਿਆਰੀ ਆ, ਯਾਤਰਾ ਸੀ ਤੇਰੀ, ਤੈਨੂੰ ਘਰ ਮੁੜਨਾ ਪੈਣਾ, ਉੱਥੇ ਉਡੀਕਣ ਵਾਲੇ ਤੇਰੇ ਬਹੁਤੇ ਆ, ਇਹ ਯਾਤਰਾ ਵਿੱਚ ਆਏ ਆ, ਫਸ ਕੇ ਇੱਥੇ ਬਹਿ ਜਾਈਦਾ, ਫਿਰ ਮਨ ਵਿੱਚ ਖਿਆਲ ਆਉਂਦਾ ਘਰੇ ਜਾਣਾ ਹੀ ਨਹੀਂ, ਸਾਰੇ ਮਰ ਜਾਣਗੇ ਮੈਂ ਘਰੇ ਮਰਨਾ ਹੀ ਨਹੀਂ। ਨਹੀਂ ਪਿਆਰਿਆ, ਜਦੋਂ ਅੰਤ ਹੋਇਆ ਫਿਰ ਪਤਾ ਲੱਗਣਾ ਉਹ ਆਇਆ ਮੈਂ ਯਾਤਰਾ ਹੀ ਕਰਨ ਸੀ, ਆਇਆ ਡਿਊਟੀਆਂ ਨਿਭਾਉਣੀ ਸੀ, ਫਸ ਗਿਆ ਇਹਨਾਂ ਵਿੱਚ ਹੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਕਾਰਜ ਕਰਨ ਭੇਜਿਆ ਸੀ ਉਹ ਕੀਤਾ ਹੀ ਨਹੀਂ, ਸਤਿਗੁਰੂ ਜੀ ਬਚੀਏ ਕਿੱਦਾਂ? ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪ੍ਰੀਤਮ ਚਰਨੀ ਜੋ ਲੱਗੇ, ਜਿਹੜਾ ਰੱਬ ਦੇ ਚਰਨਾਂ ਨਾਲ ਜੁੜ ਜਾਂਦਾ, ਰੱਬ ਦੇ ਚਰਨਾਂ ਨਾਲ ਜੁੜਨਾ ਕੀ ਹੁੰਦਾ, ਉਹਦੇ ਬਚਨਾਂ ਉਹਨਾਂ ਦੇ ਬਚਨਾਂ 'ਤੇ ਚੱਲਦਾ, ਸਤਿਗੁਰੂ ਜੀ ਦੇ ਬਚਨਾਂ 'ਤੇ ਚੱਲਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਆ ਸਮਝਾ ਰਹੇ ਆਪਾਂ ਨੂੰ ਇਸ ਬਚਨਾਂ 'ਤੇ ਜਿਹੜਾ ਚੱਲਦਾ, ਤਿੰਨ ਕੀ ਨਿਰਮਲ ਸੋਏ, ਸੋਏ ਦਾ ਅਰਥ ਹੁੰਦਾ ਸ਼ੋਭਾ, ਨਿਰਮਲ ਦਾ ਅਰਥ ਹੁੰਦਾ ਪਵਿੱਤਰ, ਉਹਦੀ ਸ਼ੋਭਾ ਫੇਰ ਪਾਵਨ ਪਵਿੱਤਰ ਹੁੰਦੀ ਆ, ਕੋਈ ਇਹ ਨਹੀਂ ਕਹਿੰਦਾ ਕਿ ਮੂੰਹ 'ਤੇ ਉਹਦੀ ਕਰਤੀ ਵਡਿਆਈ ਅਤੇ ਪਿੱਠ ਪਿੱਛੇ ਨਿੰਦਿਆ, ਨਹੀਂ, ਪਵਿੱਤਰ ਸ਼ੋਭਾ ਉਹ ਹੁੰਦੀ ਆ ਕਿ ਹਰ ਇੱਕ ਨੂੰ ਪਤਾ ਹੁੰਦਾ ਇਹ ਵਡਿਆਈ ਦਾ ਪਾਤਰ ਆ, ਇੱਥੇ ਵੀ ਸ਼ੋਭਾ ਹੁੰਦੀ ਅੱਗੇ ਵੀ ਹੁੰਦੀ। ਸਮਾਪਤੀ ਵਾਲੀਆਂ ਪੰਕਤੀਆਂ ਵਿੱਚ ਇਹ ਸ਼ਬਦ ਦੇ ਗੁਰੂ ਅਰਜਨ ਦੇ ਮਹਾਰਾਜ ਜੀ ਸਮਝਾਉਂਦੇ ਆ, ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਵੇ। ਪਿਆਰੇ ਬੇਨਤੀ ਕਰਨੀ ਸਿੱਖ ਲਈਏ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਹੇ ਅਕਾਲ ਪੁਰਖ ਵਾਹਿਗੁਰੂ ਭਗਵਾਨ, ਸਾਡੀ ਬੇਨਤੀ ਆ ਤੇਰੇ ਚਰਨਾਂ ਵਿੱਚ ਪ੍ਰਭ ਮਿਲ ਹੋ ਪ੍ਰਾਪਤ ਹੋਏ, ਸਾਨੂੰ ਤੂੰ ਮਿਲ ਜਾਏ, ਸਾਨੂੰ ਤੇਰੀ ਪ੍ਰਾਪਤੀ ਹੋ ਜਾਵੇ, ਕਿਉਂਕਿ ਤੇਰੇ ਤੋਂ ਬਗੈਰ ਅਸੀਂ ਕੱਖ ਨਹੀਂ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ। ਵਿਸਾਖ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਸਤਿਗੁਰੂ ਜੀ, ਕਹਿੰਦੇ ਵਿਸਾਖ ਦਾ ਮਹੀਨਾ, ਵਿਸਾਖ ਦਾ ਮਹੀਨਾ ਤਾਂ ਕੀ ਤੇਰਾ ਸਾਰਾ ਜੀਵਨ ਸੁਹਾਵਾ, ਸੋਹਣਾ, ਸੁਹਾਵਣਾ, ਸ਼ੋਭਨੀਕ ਤਾਂ ਬਣਨਾ ਆ ਜੇ ਰੱਬ ਦੇ ਪਿਆਰੇ ਦੀ ਸੰਗਤ ਮਿਲੂਗੀ ਤੈਨੂੰ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਜਦੋਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ, ਚੱਕ ਇਹ ਵੀ ਮੰਗ ਰੱਖਿਆ ਕਰੀਏ, ਸਤਿਗੁਰੂ ਜੀ
ਆਪਣੇ ਪਿਆਰਿਆਂ ਦੇ ਨਾਲ ਵੀ ਮੇਲ ਕਰਾਈ। ਅਰਦਾਸ ਵਿੱਚ ਕਹੀਦਾ ਸਿਰਫ ਜਵਾਨ ਹਿਲਾਈ ਦੀ, ਉਦੋਂ ਸੁਰਤੀ ਇੱਥੇ ਲੈ ਕਰੀਏ ਕਿ ਸੱਚੀ ਸਤਿਗੁਰੂ ਜੀ ਅੱਗੇ ਜਵਾਨ ਹੀ ਹਿਲਦੀ ਸੀ, ਹੁਣ ਅੰਦਰੋਂ ਅਰਦਾਸ ਹੋ ਜਾਵੇ ਕਿ ਸਹੀ ਪਿਆਰੇ ਮੇਲ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤੇ ਆ ਗਿਆ, ਉਹ ਪਿਆਰਿਆਂ ਨਾਲ ਮੇਲ ਜਿਹਨਾਂ ਨੂੰ ਮਿਲਣ ਕਰਕੇ ਸਾਡੇ ਅੰਦਰ ਵਾਹਿਗੁਰੂ ਵਾਹਿਗੁਰੂ ਹਰੀ ਦਾ ਨਾਮ, ਅਕਾਲ ਪੁਰਖ ਭਗਵਾਨ ਵੱਖਰੇ ਵੱਖਰੇ ਨਾਮ ਲੈ ਰਹੇ, ਤੂੰ ਭਾਵ ਕਿ ਤੂੰ ਚੇਤੇ ਵਿੱਚ ਸਾਡੇ ਆ ਜਾਵੇ, ਤੂੰ ਸਾਡੀ ਯਾਦ ਚ ਵਸ ਜਿਵੇਂ ਐਸੇ ਪਿਆਰੇ ਦੇ ਦਰਸ਼ਨ ਕਰਨ ਮਾਤਰ ਹੀ, ਕਿਉਂਕਿ ਰੱਬ ਦੇ ਪਿਆਰੇ ਜਿਹੜੇ ਆਉਂਦੇ ਹੀ ਜੀਵਨ ਸਵਾਰਨ ਵਾਸਤੇ, ਸਾਡਾ ਆਪਣਾ ਉਹਨਾਂ ਦਾ ਸਵਾਰਿਆ ਹੋਇਆ, ਉਹ ਸਾਨੂੰ ਤਾਰਨ ਵਾਸਤੇ ਆਉਂਦੇ ਆ। ਜਨਮ ਮਰਨ ਦੁੱਖ ਹੂਮੈ ਨਾਹੀ, ਜਨ ਪਰ ਉਪਕਾਰੀ ਆਏ, ਉਹ ਪਰਉਪਕਾਰ ਕਰਨ ਵਾਸਤੇ ਆਉਂਦੇ ਪਿਆਰੇ। 5 ਤਰੀਕ ਨੂੰ ਜਿਹੜਾ ਰਾਤ ਦਾ ਦੀਵਾਨ ਹੁੰਦਾ, ਉਹਦੇ ਵਿੱਚ ਮੈਂ ਵਿਚਾਰ ਕੀਤੀ ਸੀ ਕਿ ਇੱਕ ਸਾਧੂ ਮਹਾਤਮਾ, ਰਾਤ ਪੈ ਗਈ, ਠੰਡ ਦਾ ਸਮਾਂ ਸੀ, ਕਈ ਘਰਾਂ ਦੇ ਦਰਵਾਜ਼ੇ ਖੜਕਾਏ, ਨਹੀਂ ਸਹਾਰਾ ਮਿਲਿਆ, ਹਨੇਰੇ ਵਿੱਚ ਤੁਰਿਆ ਜਾਂਦਾ, ਮੈਂ ਕੋਈ ਥਾਂ ਲੱਭਾਂ ਜਿੱਥੇ ਲੰਮਾ ਪੈ ਜਾਵਾਂ, ਉੱਪਰ ਲੈਣ ਨੂੰ ਕੱਪੜਾ ਹੈ ਨਹੀਂ, ਠੰਡ ਕਿੱਦਾਂ, ਠੰਡ ਦੇ ਵਿੱਚ ਸਾਰੀ ਰਾਤ ਕਿੱਦਾਂ ਗੁਜ਼ਾਰੂ ਮੈਂ। ਇੱਕ ਰਾਜੇ ਦਾ ਮਹਿਲ ਸੀ, ਉਹਦੇ ਸਾਹਮਣੇ ਭੱਠੀ ਤਪਦੀ ਸੀ ਦਿਨੇ, ਇਹ ਭੱਠੀ ਦੇ ਕੋਲ ਗਏ ਰਾਤ ਨੂੰ, ਕਹਿੰਦੇ ਵੀ ਦਿਨੇ ਭੱਠੀ ਤਪਦੀ ਹੋਣੀ ਆ, ਤਾਂ ਇੱਥੇ ਲਹਿ ਗਿਆ, ਸਵਾਹ ਵੀ ਗਰਮ ਆ, ਉਹਨਾਂ ਜਿੱਥੇ ਲੰਮੇ ਪੈਣਾ ਸੀ ਉੱਥੇ ਸਵਾਹ ਵਿਛਾ ਲਈ, ਫਿਰ ਹੱਥ ਰੱਖ ਕੇ ਦੇਖਿਆ ਵੀ ਹੁਣ ਨਿੱਘੀ ਆ, ਤੇ ਸਵਾਹ ਦੇ ਉੱਪਰ ਹੀ ਲੰਮੇ ਪੈ ਗਏ, ਨਾਲੇ ਭੱਠੀ ਵਿੱਚੋਂ ਆਈ ਜਾਵੇ ਨਿੱਗ ਸੇਕ, ਥੱਲੇ ਨਿੱਘੀ ਸਵਾਹ ਆ। ਬੜੇ ਆਨੰਦ ਵਿੱਚ ਮੈਂ ਅੱਧੀ ਰਾਤ ਤੋਂ ਬਾਅਦ ਰਾਜੇ ਦੀ ਅੱਖ ਖੁੱਲ ਗਈ, ਸਿਪਾਹੀਆਂ ਨੂੰ ਬੁਲਾਇਆ, ਬੁਲਾ ਕੇ ਕਹਿੰਦੇ ਪਿਆਰੇ ਉਹ ਰਾਤ ਕਿੱਦਾਂ ਲੰਘੀ, ਰਾਤ ਕਿੱਦਾਂ ਲੰਘੀ। ਸਿਪਾਹੀ ਤੇ ਕੁਛ ਬੋਲੇ ਨਹੀਂ, ਰਾਤ ਟਿਕੀ ਸੀ, ਸਾਹਮਣੇ ਮਹਿਲਾਂ ਦੇ ਮਹਾਂਪੁਰਖ ਇੱਥੇ ਪਏ ਸੀ, ਇਹ ਉੱਠ ਕੇ ਬਹਿ ਗਏ ਤੇ ਉੱਚੀ ਦੇਣੀ ਕਹਿੰਦੇ ਕੁਛ ਤੇਰੇ ਵਰਗੀ, ਕੁਛ ਤੇਰੇ ਨਾਲੋਂ ਵਧੀਆ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕੁਛ ਤੇਰੇ ਵਰਗੀ, ਕੁਛ ਤੇਰੇ ਨਾਲੋਂ ਵਧੀਆ। ਰਾਜਾ ਕਹਿੰਦਾ ਹੱਦ ਹੋ ਗਈ, ਸਿਪਾਹੀ ਤੇ ਕੋਈ ਮੇਰਾ ਬੋਲਿਆ ਨੀ, ਇਹ ਆਵਾਜ਼ ਕਿੱਥੋਂ ਆਈ। ਰਾਜੇ ਨੇ ਫੇਰ ਪੁੱਛਿਆ ਬਈ ਰਾਤ ਕਿੱਦਾਂ ਦੀ ਬੀਤੀ, ਕਹਿੰਦੇ ਕੁਛ ਤੇਰੇ ਵਰਗੀ, ਕੁਛ ਤੇਰੇ ਨਾਲੋਂ ਵਧੀਆ, ਮਹਾਂਪੁਰਖਾਂ ਨੇ ਫੇਰ ਕਹਿ ਦਿੱਤਾ। ਹੁਣ ਰਾਜੇ ਦੀਆਂ ਗੱਲਾਂ ਮਹਾਂਪੁਰਖਾਂ ਨੂੰ ਸੁਣ ਰਹੀਆਂ ਰਾਤ ਟਿੱਕੀ ਵਿੱਚ, ਤੇ ਜੋ ਮਹਾਂਪੁਰਖ ਵਚਨ ਕਰ ਰਹੇ ਹੋ ਰਾਜੇ ਦੇ ਕੰਨਾਂ ਵਿੱਚ ਵੀ ਪੈਂਦੇ ਆ। ਬਾਹਰ ਆ ਗਏ ਮਹਿਲਾਂ ਤੋਂ, ਕਹਿੰਦੇ ਆਵਾਜ਼ ਇੱਧਰੋਂ ਕਿਤੇ ਆਈ ਸੀ, ਦੇਖੋ ਵੀ ਕੌਣ ਆ, ਨਹੀਂ ਮਿਲੇ, ਹਨੇਰੇ ਵਿੱਚ ਨਹੀਂ ਦੱਸਿਆ ਕੁਛ। ਸਿਪਾਹੀ ਆ ਕੇ ਕਹਿੰਦੇ ਜੀ ਇੱਕ ਵਾਰੀ ਫੇਰ ਪੁੱਛੋ, ਸ਼ਾਇਦ ਫੇਰ ਆਵਾਜ਼ ਆਵੇ। ਰਾਜੇ ਨੇ ਫੇਰ ਪੁੱਛਿਆ ਵੀ ਰਾਤ ਕਿੱਦਾਂ ਬੀਤੀ, ਕਹਿੰਦੇ ਕੁਛ ਤੇਰੇ ਵਰਗੀ, ਕੁਛ ਤੇਰੇ ਨਾਲੋਂ ਵਧੀਆ, ਮਹਾਂਪੁਰਖਾਂ ਨੇ ਫੇਰ ਵਚਨ ਕਰਤਾ। ਲਓ ਜੀ ਹੁਣ ਪਤਾ ਲੱਗ ਗਿਆ ਇੱਧਰੋਂ ਆਵਾਜ਼ ਆਉਂਦੀ ਹੈ, ਕਹਿੰਦੇ ਜੇ ਮਿਲ ਗਿਆ ਤੇ ਮੇਰੇ ਕੋਲ ਲੈ ਆਇਓ ਮਹਿਲਾਂ ਵਿੱਚ। ਰਾਜਾ ਜਾ ਕੇ ਆਪਣੀ ਸੇਜਾ ਤੇ ਫਿਰ ਬਹਿ ਗਿਆ, ਇੱਧਰ ਜਿੱਧਰੋਂ ਆਵਾਜ਼ ਆਈ ਸੀ ਉੱਧਰ ਤੁਰੇ ਜਾਂਦੇ ਭੱਠੀ ਵੱਲੋਂ, ਦੇਖਿਆ ਸਾਹਮਣੇ ਇੱਕ ਸਵਾਹ ਦੇ ਨਾਲ ਲਿਬੜਿਆ ਕੋਈ ਪ੍ਰਾਣੀ ਬੈਠਾ, ਜਾ ਕੇ ਕਹਿਣ ਲੱਗੇ ਵੀ ਕੌਣ ਆ ਤੂੰ, ਤੂੰ ਹੀ ਆਵਾਜ਼ਾਂ ਦਿੰਦਾ ਸੀ, ਕਹਿੰਦੇ ਹਾਂ, ਕੌਣ ਆ, ਕਹਿੰਦੇ ਪਤਾ ਨਹੀਂ ਇੱਧਰ ਤੁਰਿਆ ਫਿਰਦਾ ਹੀ ਆ ਗਿਆ। ਉਹ ਕਹਿੰਦੇ ਤੁਹਾਨੂੰ ਸਾਡੇ ਰਾਜਾ ਜੀ ਨੇ, ਬਾਦਸ਼ਾਹ ਨੇ ਬੁਲਾਇਆ, ਕਹਿੰਦੇ ਵੀ ਮੇਰੇ ਕੋਲੋਂ ਗਲਤੀ ਹੋਈ ਕੋਈ, ਕਹਿੰਦੇ ਨਹੀਂ ਕੋਈ ਵਿਚਾਰ ਕਰਨੀ ਤੁਹਾਡੇ ਨਾਲ, ਹੁਣ ਉੱਦਾਂ ਹੀ ਚਲੇ ਗਏ, ਸਵਾਹ ਦੇ ਉੱਪਰ ਸੀ ਲੰਮੇ ਪਏ, ਸਵਾਹ ਵੀ ਕੱਪੜਿਆਂ ਨੂੰ ਲੱਗੀ, ਕੋਲਿਆਂ ਦੀ ਕਾਲਖ ਵੀ ਕੱਪੜਿਆਂ ਨੂੰ ਲੱਗੀ, ਕੇਸਾਂ ਵਿੱਚ ਵੀ ਸਵਾਹ ਆ, ਮੂੰਹ ਤੇ ਵੀ ਕਈ ਕਾਲਖ ਲੱਗ ਕੇ ਕਈ ਥਾਵਾਂ ਤੋਂ ਕਾਲੇ ਰੰਗ ਦੇ ਦਾਗ ਪਏ ਹੋਏ ਆ। ਇੱਦਾਂ ਹੀ ਰਾਜੇ ਦੇ ਕੋਲ ਚਲੇ ਗਏ ਮਹਾਂਪੁਰਖ, ਦੇਖਿਆ ਹੱਦ ਹੋ ਗਈ, ਸਵਾਹ ਦੇ ਨਾਲ ਲਿਬੜਿਆ ਪਿਆ ਆ, ਜਿਹੜਾ ਵੀ ਕਾਲੋ ਦੇ ਨਾਲ ਕਾਲਾ ਵੀ ਹੋਇਆ ਪਿਆ ਕਾਲਖ ਦੇ ਨਾਲ, ਕਹਿੰਦੇ ਪਿਆਰੇ ਤੂੰ ਆਵਾਜ਼ਾਂ ਦਿੰਦਾ ਸੀ, ਕਹਿੰਦੇ ਹਾਂ ਮੈਂ ਦਿੰਦਾ ਸੀ। ਧਿਆਨ ਦੇ ਨਾਲ ਤੱਕਿਆ ਰਾਜੇ ਨੇ,
ਭਾਵੇਂ ਸਵਾਹ ਲੱਗੀ ਹੈ, ਬਾਣਾ ਸਾਧੂਆਂ ਵਾਲਾ ਪਾਇਆ, ਕੋਈ ਸਾਧੂ ਮਹਾਤਮਾ ਹੋਣਾ। ਕਹਿੰਦਾ ਜੀ ਮੈਂ ਆਵਾਜ਼ ਦਿੱਤੀ ਸੀ ਰਾਤ ਕਿੱਦਾਂ ਦੀ ਲੰਘੀ, ਤੁਸੀਂ ਅੱਗੋਂ ਜਵਾਬ ਦਿੱਤਾ ਕਿ ਕੁਛ ਤੇਰੇ ਵਰਗੀ ਕੁਛ ਤੇਰੇ ਨਾਲੋਂ ਵਧੀਆ, ਇੱਦਾਂ ਹੀ ਆ। ਕਹਿੰਦੇ ਬਿਲਕੁਲ ਜੀ ਇੱਦਾਂ ਹੀ। ਤੁਸੀਂ ਪਏ ਕਿੱਥੇ ਸੀ? ਕਹਿੰਦੇ ਜਿੱਥੇ ਬਾਹਰ ਸਾਰੀ ਦਿਹਾੜੀ ਭੱਠੀ ਤਪਦੀ ਆ, ਮੈਨੂੰ ਸ਼ੱਕ ਪੈਂਦੀ ਕਿਉਂਕਿ ਗਰਮ ਸੀ ਉਹਦੇ ਵਿੱਚੋਂ ਸਵਾਹ ਕੁਛ ਕੱਢੀ, ਜਿੱਥੇ ਲੰਮਾ ਪੈਣਾ ਸੀ ਉੱਥੇ ਵਿਛਾਲੀ, ਉਹਦੇ ਉੱਪਰ ਲੰਮਾ ਪਿਆ ਸੀ, ਭੱਠੀ ਦਾ ਵੀ ਸੇਕ ਆਉਂਦਾ ਥੱਲੇ ਉਹ ਵੀ ਨਿਕਲ। ਕਹਿੰਦੇ ਮੈਂ ਸੋਹਣੇ ਗੱਦਿਆਂ ਤੇ ਪੈਣ ਵਾਲਾ, ਤੂੰ ਸਵਾਹ ਨਾਲ ਲਿਬੜਿਆ ਹੋਇਆ ਮੇਰੀ ਬਰਾਬਰਤਾ ਕਰ ਸਕਦਾ, ਮੇਰੀ ਬਰਾਬਰਤਾ ਕਰ ਸਕਦਾ ਪਿਆਰੇ, ਮੇਰੇ ਵਰਗੀ ਰਾਤ ਕਿੱਦਾਂ ਲੰਘੀ? ਕਹਿੰਦੇ ਤੂੰ ਗੱਦਿਆਂ ਤੇ ਪਿਆ ਸੀ, ਇਹ ਵੀ ਥੱਲਿਓ ਕੂਲੇ ਆ, ਨਰਮ ਆ, ਤੇ ਮੇਰੀ ਸਵਾਹ ਵੀ ਬੜੀ ਨਰਮ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੈਨੂੰ ਤੇਰੇ ਗੱਦੇ ਥੱਲਿਓ ਨਿੱਘ ਦੇ ਰਹੇ ਸੀ ਗਦੇਲੇ, ਮੈਨੂੰ ਮੇਰੀ ਸਵਾਹ ਦਾ ਨਿੱਘ ਮਿਲ ਰਿਹਾ ਜਿਹੜੀ ਥੱਲੇ ਵਿਛਾਈ ਸੀ ਸੇਜਾ ਦੀ ਜਗ੍ਹਾ। ਤੁਹਾਡੇ ਵਰਗੀ ਹੋ ਗਈ ਨਾ, ਜਿੱਦਾਂ ਤੂੰ ਪਿਆ ਸੀ ਆਪਣੇ ਆਨੰਦ 'ਚ ਉਦਾਂ ਹੀ ਮੈਂ ਪਿਆ ਸੀ। ਕਹਿੰਦੇ ਮੇਰੇ ਨਾਲੋਂ ਵਧੀਆ ਕਿੱਦਾਂ? ਕਹਿੰਦੇ ਅੱਧੀ ਰਾਤ ਨੂੰ ਤੁਹਾਡੀ ਅੱਖ ਖੁੱਲ੍ਹ ਗਈ, ਅੱਧੀ ਰਾਤ ਤੋਂ ਬਾਅਦ ਕੱਲ੍ਹ ਫਿਕਰਾਂ ਦੇ ਵਿੱਚ ਕਈ ਟੈਨਸ਼ਨਾਂ ਸੀ, ਉਹਨੇ ਚੰਗੀ ਤਰ੍ਹਾਂ ਸੌਣ ਨਹੀਂ ਦਿੱਤਾ। ਹੁਣ ਜਦੋਂ ਦੀ ਤੁਹਾਡੀ ਅੱਖ ਖੁੱਲ੍ਹੀ ਆ, ਕਈ ਕੁਛ ਹੀ ਤੁਹਾਡੇ ਦਿਮਾਗ ਵਿੱਚ ਘੁੰਮਦਾ, ਉਹ ਆਹ ਵੀ ਕਰਨ ਵਾਲਾ, ਹਜੇ ਆਹ ਵੀ ਕਰਨਾ, ਹਜੇ ਆਹ ਵੀ ਕਰਨਾ, ਬੜੀ ਪਰੇਸ਼ਾਨੀ ਆ ਦਿਮਾਗ 'ਤੇ। ਵਧੀਆ ਇਸ ਕਰਕੇ ਆ, ਤੁਸੀਂ ਉੱਠੇ ਆ ਦੁੱਖਾਂ ਦੇ ਵਿੱਚ, ਪਰੇਸ਼ਾਨੀਆਂ 'ਚ ਡੁੱਬ ਗਏ, ਤੁਹਾਡੇ ਨਾਲੋਂ ਵਧੀਆ ਮੇਰੀ ਰਾਤ ਇਸ ਕਰਕੇ ਲੰਘੀ, ਮੈਂ ਜਦੋਂ ਉੱਠਿਆ ਉਦੋਂ ਦਾ ਹੀ ਖੁਸ਼ ਆ, ਜਦੋਂ ਲੰਮੇ ਪਏ ਲੰਮਾ ਪਿਆ ਸੀ ਉਦੋਂ ਵੀ ਖੁਸ਼ ਸੀ, ਜਦੋਂ ਉੱਠਿਆ ਉਦੋਂ ਵੀ ਖੁਸ਼ ਆ। ਇਸ ਕਰਕੇ ਮੈਂ ਕਿਹਾ ਕੁਛ ਤੁਹਾਡੇ ਨਾਲੋਂ ਵਧੀਆ, ਮੈਂ ਆਪਣੇ ਆਨੰਦ ਵਿੱਚ ਹਾਂ। ਰਾਜੇ ਨੂੰ ਪਤਾ ਲੱਗ ਗਿਆ ਇਹ ਕੋਈ ਦਿਖਾਵੇ ਵਾਲਾ ਸਾਧੂ ਨਹੀਂ, ਇਹ ਅੰਦਰੋਂ ਸੱਚੀ ਇਹਨੇ ਆਪਣੇ ਆਪ ਨੂੰ ਸਾਧਿਆ ਹੋਇਆ, ਭਾਵੇਂ ਸਵਾਹ ਨਾਲ ਲਿਬੜੇ ਹੋਏ ਸੀ ਮਹਾਂਪੁਰਖ, ਜਾ ਕੇ ਚਰਨਾਂ 'ਤੇ ਟਹਿ ਪਿਆ, ਹੱਥ ਜੋੜ ਕੇ ਮਾਫ਼ੀ ਮੰਗੀ, ਮੈਂ ਜੀ ਤੁਹਾਨੂੰ ਪਤਾ ਨਹੀਂ ਕੋਈ ਬੋਲ ਕਬੋਲ ਬੋਲ ਦਿੱਤਾ ਹੋਵੇ ਤਾਂ ਮੈਨੂੰ ਬਖਸ਼ ਦੇ। ਨਹੀਂ ਪਿਆ ਗਿਆ, ਆਪਣੀਆਂ ਵਿਚਾਰਾਂ ਕੋਈ ਮਾੜੀਆਂ ਨਹੀਂ ਹੋਈਆਂ, ਵਧੀਆ ਹੀ ਹੋਈਆਂ। ਲੈ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਉਹ ਰਾਜੇ ਦਾ ਜੀਵਨ ਬਦਲ ਗਿਆ, ਨਾਮ ਜਪਣਾ ਸ਼ੁਰੂ ਕਰ ਦਿੱਤਾ, ਰੱਬ ਦੇ ਰਾਹ 'ਤੇ ਤੁਰਨ ਦੀ ਸੋਚ ਉਹਦੇ ਅੰਦਰ ਆ ਗਈ, ਜੀਵਨ ਬਦਲਿਆ ਗਿਆ। ਇਹਨਾਂ ਨਾਲ ਮਹਾਂਪੁਰਖਾਂ ਦੀ ਸੰਗਤ ਨਾਲ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਿਆਰਿਆ ਵਿਸਾਖ ਦਾ ਮਹੀਨਾ ਤਾਂ ਕੀ, ਤੇਰਾ ਜੀਵਨ ਨਹੀਂ ਸੁਹਾਵਣਾ ਸ਼ੋਭਨੀਕ ਤਾਂ ਲੱਗਣਾ ਆ ਜੇ ਤੈਨੂੰ ਰੱਬ ਦੇ ਪਿਆਰੇ ਸੰਤ ਦੀ ਸੰਗਤ ਮਿਲੇ, ਭੇਂਟ ਮੇਲ ਹੋਵੇ ਉਹਦੇ ਨਾਲ। ਜਾਂ ਸੰਤ ਭੇਟੇ ਹਰ ਸੋਏ, ਹਰੀ ਦਾ ਸੰਤ ਨਾਮ ਵਿੱਚ ਰੰਗਿਆ ਹੋਇਆ ਸੰਤ, ਉਹਦੇ ਨਾਲ ਤੇਰਾ ਮੇਲ ਹੋ ਜਾਵੇ, ਤੇਰਾ ਮਹੀਨਾ ਨਹੀਂ ਤੇਰਾ ਜੀਵਨ ਹੀ ਸੁਹਾਵਣਾ ਹੋ ਜਾਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਕੱਲ੍ਹ ਨੂੰ ਆਪਾਂ ਜੇਠ ਮਹੀਨੇ ਦੀ ਵਿਚਾਰ ਕਰਾਂਗੇ, ਇੱਥੇ ਸਮਾਪਤੀ ਕਰੀਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਕੇ ਬਖਸ਼ ਲੈਣ, ਆਓ ਫਤਿਹ ਦੀ ਸਾਂਝ ਪਾਈਏ। ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।